18 ਕਰੋੜ ਤੋਂ ਵੱਧ ਦਾ ਰੁਪਈਆ ਰਿਕਵਰੀ ਪੈਣੀ ਹੈ। ਮੁੱਖ ਮੰਤਰੀ ਸਾਹਿਬ ਤੋਂ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਉਮੀਦ ਬਚਦੀ ਹੈ। ਵਿਦਿਆਰਥੀਆਂ ਦੇ ਕੋਲੋਂ ਅਣਗਿਣਤ ਫੀਸਾਂ ਲਈਆਂ ਜਾ ਰਹੀਆਂ, ਮਨਮਰਜ਼ੀ ਦੀਆਂ ਫੀਸਾਂ, ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ। ਇਹ ਕਿ ਸਾਰੇ ਕਾਲਜਾਂ 'ਚ ਹਾਲਾਤ ਇਸ ਤਰ੍ਹਾਂ ਦੇ ਨੇ ਜਾਂ ਕੁਝ ਕੁ ਚੁਣਿੰਦਾ ਨੇ? ਮਜੋਰਿਟੀ ਕਾਲਜਿਸ 'ਚ ਨੇ ਜੀ, ਮਜੋਰਿਟੀ ਸਰਕਾਰੀ ਨੇ। ਇਹ ਨਹੀਂ, ਸਰਕਾਰੀ ਵੀ ਨੇ ਅਤੇ ਜਿਹੜੇ ਪ੍ਰਾਈਵੇਟ ਵੀ ਨੇ। ਸਾਡੇ ਅੱਜ ਕੱਲ੍ਹ ਬੈਂਸ ਸਾਹਿਬ, ਸਾਡੀ ਉਹਨਾਂ ਨਾਲ ਵੀ ਗੱਲ ਹੋਈ ਹੈ। ਬੈਂਸ ਸਾਹਿਬ ਨੂੰ ਕਿਹਾ ਵੀ ਬੈਂਸ ਸਾਹਿਬ, ਇੱਕ ਰਿਪੋਰਟ ਕਿਉਂ ਨਹੀਂ ਬਾਹਰ ਲਿਆਂਦੀ ਜਾ ਰਹੀ ਹੈ? ਕੀ ਸਰਕਾਰ ਇਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਪ੍ਰਿੰਸੀਪਲਾਂ ਨੂੰ? ਸਾਡੇ ਮਨ 'ਚ ਸ਼ੰਕਾ, ਕਿਉਂਕਿ ਇਸੇ ਸਰਕਾਰ ਨੇ ਤਾਂ ਇਨਕੁਆਇਰੀ ਸ਼ੁਰੂ ਕੀਤੀ ਸੀਗੀ ਅਤੇ ਇਹੀ ਸਰਕਾਰ ਹੁਣ ਇਨਕੁਆਇਰੀ ਦੀ ਰਿਪੋਰਟ ਬਾਹਰ ਨਹੀਂ ਲਿਆ ਰਹੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਗਵਰਨਰ ਸਾਹਿਬ 1978 ਤੋਂ ਪੰਜਾਬ ਦੇ ਜਿਹੜੇ ਕਾਲਜ ਨੇ, 136 ਏਡਿਡ ਕਾਲਜ ਨੇ, ਕਰੋੜਾਂ ਰੁਪਇਆਂ ਦੀ ਗ੍ਰਾਂਟ ਲੈ ਰਹੇ ਨੇ। ਨੰਬਰ 2 ਅਸੀਂ ਕਿਹਾ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦੇ ਤਹਿਤ ਵੀ ਸੈਂਟਰ ਕੋਲੋਂ 60% ਅਤੇ ਪੰਜਾਬ ਸਰਕਾਰ 40% ਦਿੰਦੀ ਹੈ, ਉਹਦੇ 'ਚ ਵੀ ਕਰੋੜਾਂ ਰੁਪਈਆ ਕਾਲਜਾਂ ਨੂੰ ਮਿਲ ਰਿਹਾ। ਜਦੋਂ ਇੰਨੀਆਂ ਗ੍ਰਾਂਟਾਂ ਕਾਲਜ ਮੈਨੇਜਮੈਂਟਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਫਿਰ ਟੀਚਰ ਜਿਹੜੇ ਨੇ ਉਹ ਸੜਕਾਂ 'ਤੇ ਰੋ ਕਿਉਂ ਰਹੇ ਨੇ? ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਦੋਨਾਂ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ ਨੂੰ ਕਾਇੰਡਲੀ ਡਾਇਰੈਕਸ਼ਨ ਦਿੱਤੀ ਜਾਵੇ ਕਿ ਯੂਨੀਵਰਸਿਟੀ ਦੇ ਕੈਲੰਡਰ ਨੂੰ ਤਾਂ ਮੰਨਣ ਜਾਂ ਕਾਲਜਾਂ ਦੇ ਕੋਲੋਂ ਮਨਵਾਉਣ। ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਆਪਣੇ ਹੀ DPI ਕਾਲਜਿਸ ਪੰਜਾਬ ਦੇ ਉੱਪਰ, ਜਿਹੜੀ ਇੱਕ DDPI ਅਸ਼ਵਨੀ ਭੱਲਾ ਨੂੰ ਉੱਥੋਂ ਤਬਾਦਲਾ ਕਰਕੇ ਜੋ ਉਹਨਾਂ ਦੇ ਕੋਲ ਰਿਪੋਰਟਾਂ ਪਹੁੰਚੀਆਂ ਔਰ ਜੋ ਅਸੀਂ ਕੰਪਲੇਂਟਸ ਕੀਤੀਆਂ ਸੀਗੀਆਂ, ਜਿੱਡਾ ਵੱਡਾ ਐਕਸ਼ਨ ਲਿਆ ਉਹ ਤਾਰੀਫ ਦੇ ਕਾਬਲ ਹੈ। ਸਤਿ ਸ਼੍ਰੀ ਅਕਾਲ। ਪੰਜਾਬ 'ਚ ਸਿੱਖਿਆ ਨੂੰ ਲੈ ਕੇ ਸਵਾਲ ਖੜ੍ਹਾ ਹੁੰਦਾ, ਪ੍ਰਾਈਵੇਟ ਸੈਕਟਰ ਕਿਸ ਤਰ੍ਹਾਂ ਦੇ ਨਾਲ ਵੱਧ ਰਿਹਾ, ਘੱਟ ਖਰਚਿਆਂ ਦੇ ਵਿੱਚ। ਉਹ ਵੀ ਬੀਤੇ ਦਿਨੀ ਅਸੀਂ ਜਿਵੇਂ ਕਈ ਟੀਚਰਸ ਦੇ ਨਾਲ ਗੱਲ ਕਰੀ ਸੀ ਤਾਂ ਉਹ ਬਖੂਬੀ ਤੁਸੀਂ ਸੁਣਿਆ ਸੀਗਾ। ਦੂਜੇ ਪਾਸੇ ਦੇਖੀਏ ਤਾਂ ਅੱਜ ਪੰਜਾਬ ਦੇ ਗਵਰਨਰ ਦੇ ਨਾਲ ਮੁਲਾਕਾਤ ਕਰੀ ਕਈ ਪ੍ਰੋਫੈਸਰ ਦੇ ਵੱਲੋਂ ਕਿ ਜਿਹੜਾ ਮਿਆਰ ਡਿੱਗ ਰਿਹਾ ਉਹਦੇ ਨਾਲ ਨਾਲ ਇਹ ਵੀ ਹੈ ਵੀ ਜਿਹੜੇ ਲੋਕ ਉੱਥੇ ਪੜ੍ਹ ਰਹੇ ਨੇ ਜਾਂ ਪੜ੍ਹਾ ਰਹੇ ਨੇ, ਦੋਨਾਂ ਪਾਸਿਆਂ ਨੂੰ ਜੇ ਦੇਖਿਆ ਜਾਵੇ ਉਹਨਾਂ ਦੇ ਜਿਸ ਤਰ੍ਹਾਂ ਦੇ ਨਾਲ ਕੰਮ ਹੋਣਾ ਚਾਹੀਦਾ ਸੀਗਾ ਉਹ ਪੂਰਾ ਨਹੀਂ ਹੋ ਪਾ ਰਿਹਾ। ਵਿਦਿਆਰਥੀ ਆਪਦੀਆਂ ਫੀਸਾਂ ਦੇ ਰਹੇ ਨੇ, ਜਿਹੜਾ ਪੜ੍ਹਾ ਰਿਹਾ ਉਹਨੂੰ ਪੈਸਾ ਅੱਗੇ ਮਿਲ ਨਹੀਂ ਰਿਹਾ। ਤਰੁਣ ਕੋਈ ਨੇ ਸਾਡੇ ਨਾਲ, ਕਈ ਸਭ ਤੁਸੀਂ ਮਿਲ ਕੇ ਆਏ ਗਵਰਨਰ ਨੂੰ, ਕੀ ਮੇਨ ਪੁਆਇੰਟ ਸੀਗੇ ਜਿਹੜੇ ਰੇਜ਼ ਕੀਤੇ ਨੇ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਅੱਜ ਪੰਜਾਬ ਦੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਸ ਪੰਜਾਬ ਐਂਡ ਚੰਡੀਗੜ੍ਹ, ਇਹ ਕਾਲਜ ਟੀਚਰਾਂ ਦੀ ਜਿਹੜੀ ਜਥੇਬੰਦੀ ਹੈ, ਉਹਦੇ ਇੱਕ ਵਫਦ ਨੂੰ ਮਿਲਣ ਦਾ ਸਮਾਂ ਦਿੱਤਾ ਸੀ। 11:30 ਅੱਜ ਅਸੀਂ ਉਹਨਾਂ ਕੋਲ ਗਏ ਔਰ ਜਿਹੜੀ ਚਰਚਾ ਜੋ ਹੋਈ ਹੈ ਮਾਣਯੋਗ ਗਵਰਨਰ ਸਾਹਿਬ ਦੇ ਨਾਲ, ਉਹ ਹੋਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਉਚੇਰੀ ਸਿੱਖਿਆ ਨੂੰ ਲੈ ਕੇ ਇੱਕ ਵੱਡੀ ਗਿਰਾਵਟ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਹੈ, ਉਹਦੇ 'ਤੇ ਗਵਰਨਰ ਸਾਹਿਬ ਦੇ ਕੋਲ ਅਸੀਂ ਗਏ ਸੀ ਕਿ ਗਵਰਨਰ ਸਾਹਿਬ ਇਹਦਾ ਸੰਗਿਆਨ ਲੈਣ ਔਰ ਮੁੱਖ ਮੰਤਰੀ ਸਾਹਿਬ ਔਰ ਐਜੂਕੇਸ਼ਨ ਮਿਨਿਸਟਰ ਤੱਕ ਇਹ ਗੱਲ ਪਹੁੰਚਾਉਣ ਕਿ ਟੀਚਰਾਂ ਦਾ ਪੰਜਾਬ 'ਚ ਬਹੁਤ ਮਾੜਾ ਹਾਲ ਹੈ। 2-3 ਇਸ਼ੂਜ਼ ਅਸੀਂ ਉਹਨਾਂ ਨਾਲ ਡਿਸਕਸ ਕੀਤੇ। ਪਹਿਲਾ ਇਹ ਸੀਗਾ, ਅਸੀਂ ਉਹਨਾਂ ਨੂੰ ਕਿਹਾ ਕਿ ਗਵਰਨਰ ਸਾਹਿਬ 1978 ਤੋਂ ਪੰਜਾਬ ਦੇ ਜਿਹੜੇ ਕਾਲਜ ਨੇ, 136 ਏਡਿਡ ਕਾਲਜ ਨੇ, ਕਰੋੜਾਂ ਰੁਪਇਆਂ ਦੀ ਗ੍ਰਾਂਟ ਲੈ ਰਹੇ ਨੇ। ਨੰਬਰ 2 ਅਸੀਂ ਕਿਹਾ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦੇ ਤਹਿਤ ਵੀ ਸੈਂਟਰ ਕੋਲੋਂ 60% ਅਤੇ ਪੰਜਾਬ ਸਰਕਾਰ 40% ਦਿੰਦੀ ਹੈ, ਉਹਦੇ 'ਚ ਵੀ ਕਰੋੜਾਂ ਰੁਪਈਆ ਕਾਲਜਾਂ ਨੂੰ ਮਿਲ ਰਿਹਾ। ਜਦੋਂ ਇੰਨੀਆਂ ਗ੍ਰਾਂਟਾਂ ਕਾਲਜ ਮੈਨੇਜਮੈਂਟਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਫਿਰ ਟੀਚਰ ਜਿਹੜੇ ਨੇ ਉਹ ਸੜਕਾਂ 'ਤੇ ਰੋ ਕਿਉਂ ਰਹੇ ਨੇ? 7th ਪੇ ਸਕੇਲ ਲਾਗੂ ਹੋਏ ਨੂੰ 2 ਸਾਲ ਹੋ ਗਏ ਆ, 7th ਤਾਂ ਛੱਡੋ, ਹਜੇ ਮਜੋਰਿਟੀ ਕਾਲਜਾਂ ਦੇ ਵਿੱਚ 6th ਪੇ ਸਕੇਲ ਨਹੀਂ ਟੀਚਰਾਂ ਨੂੰ ਮਿਲਿਆ। ਵਿਦਿਆਰਥੀਆਂ ਦੇ ਕੋਲੋਂ ਅਣਗਿਣਤ ਫੀਸਾਂ ਲਈਆਂ ਜਾ ਰਹੀਆਂ, ਮਨਮਰਜ਼ੀ ਦੀਆਂ ਫੀਸਾਂ, ਅਤੇ ਇੰਨੀਆਂ ਗ੍ਰਾਂਟਾਂ ਲੈ ਕੇ ਵੀ ਜੇ ਮੈਨੇਜਮੈਂਟਸ ਜਿਹੜੇ ਨੇ ਉਹ ਐਕਸਪਲੋਇਟ ਕਰ ਰਹੇ ਨੇ ਟੀਚਰਸ ਨੂੰ, ਵਿਦਿਆਰਥੀਆਂ ਨੂੰ, ਅਤੇ ਇਹਦੇ 'ਤੇ ਗਵਰਨਰ ਸਾਹਿਬ ਪੰਜਾਬ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਕਾਇੰਡਲੀ ਕੋਈ ਐਕਸ਼ਨ ਲਿਆ ਜਾਵੇ।
ਸਰਕਾਰ ਨਾਲ ਨਹੀਂ ਤੁਹਾਡੀ ਇਸ ਸੰਬੰਧੀ ਕੋਈ ਗੱਲ ਹੋਈ ਹੈ? ਸਰ, ਅਸੀਂ ਇਹ ਵੀ ਦੱਸਿਆ, ਸਾਨੂੰ ਗਵਰਨਰ ਸਾਹਿਬ ਨੇ ਪੁੱਛਿਆ, ਅਸੀਂ ਕਿਹਾ ਜੀ ਬਿਲਕੁਲ, ਜਦੋਂ ਸਰਦਾਰ ਗੁਰਮੀਤ ਸਿੰਘ ਮੀਥ ਹੇਅਰ ਹੋਣੇ ਸੀਗੇ ਤਾਂ ਉਦੋਂ ਸਾਡੀ ਪੰਜਾਬ ਭਵਨ 'ਚ ਉਹਨਾਂ ਨੇ ਮੀਟਿੰਗ ਹੋਈ, ਉਹਨਾਂ ਨੇ ਇੱਕ ਵੱਡਾ ਐਕਸ਼ਨ ਵੀ ਲਿਆ। ਉਦੋਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਏਡਿਡ ਕਾਲਜ ਵਿੱਚ ਘਪਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ। ਦੂਜਾ ਮੁੱਦਾ ਸਾਡਾ ਇਹੀ ਸੀ ਕਿ ਮੀਥ ਹੇਅਰ ਜੀ ਦੇ ਟਾਈਮ ਜਿਹੜੇ ਇਨਐਲੀਜੀਬਲ ਪ੍ਰਿੰਸੀਪਲਸ ਨੇ ਉਹਨਾਂ ਦੇ ਲਈ ਕਮੇਟੀ ਬਣਾਈ ਗਈ ਕਿ ਜਿਹੜੇ ਅਯੋਗ ਪ੍ਰਿੰਸੀਪਲ ਕਾਲਜਾਂ 'ਚ ਬੈਠੇ ਨੇ, ਜਿਹੜੇ ਕਿ ਕਰੋੜਾਂ ਰੁਪਿਆਂ ਦਾ ਚੂਨਾ ਲਗਾ ਰਹੇ ਨੇ ਪੰਜਾਬ ਸਰਕਾਰ ਨੂੰ, ਉਹਦੀ ਅਸੀਂ ਸਾਰੀ ਰਿਪੋਰਟ ਭੇਜੀ। ਅਸੀਂ ਕਿਹਾ ਮਾਣਯੋਗ ਗਵਰਨਰ ਸਾਹਿਬ, 2 ਸਾਲ ਹੋ ਗਏ ਇਨਕੁਆਇਰੀ ਦੀ ਰਿਪੋਰਟ ਆਏ ਨੂੰ, ਪਰ ਸਰਕਾਰ ਉਹਨੂੰ ਪਬਲਿਕ ਡੋਮੇਨ 'ਚ ਨਹੀਂ ਲਿਆ ਰਹੀ। ਪੰਜਾਬ ਦਾ ਸਾਰਾ ਅਧਿਆਪਕ ਵਰਗ ਉਹਦਾ ਇੰਤਜ਼ਾਰ ਕਰ ਰਿਹਾ ਉਸ ਰਿਪੋਰਟ ਦਾ ਵੀ ਕਦੋਂ ਆਏਗਾ, ਤਾਂ ਕਿ ਇੱਦਾਂ ਦੇ ਲੋਕ ਬਾਹਰ ਨਿਕਲਣ ਕਾਲਜਾਂ 'ਚੋਂ, ਅਤੇ ਜਿਹੜੇ ਕੰਪੀਟੈਂਟ ਲੋਕ ਨੇ ਜਿਹੜੇ ਕਿ PhD ਕਰਕੇ ਬੈਠੇ ਆ, ਐਸੋਸੀਏਟ ਪ੍ਰੋਫੈਸਰ UGC ਦੀਆਂ ਗਾਈਡਲਾਈਨਸ ਦੇ ਮੁਤਾਬਕ ਪੈਨਲ ਦੇ ਅਨੁਸਾਰ ਬਣੇ ਹੋਏ ਆ, ਉਹ ਪ੍ਰਿੰਸੀਪਲ ਬਣ ਕੇ ਕਾਲਜਾਂ 'ਚ ਆਉਣ। ਸੋ ਇਸ ਕਰਕੇ ਸਾਡੀ ਦੂਜੀ ਮੰਗ ਉਹਨਾਂ ਕੋਲ ਇਹੀ ਸੀ ਕਿ ਪੰਜਾਬ ਸਰਕਾਰ ਨੇ ਇਹਦੇ 'ਤੇ ਕੀਤਾ ਕੰਮ, ਲੇਕਿਨ ਹੁਣ ਜਦੋਂ ਰਿਪੋਰਟ ਕੱਢਣ ਦੀ ਵਾਰੀ ਆਈ ਹੈ ਤਾਂ ਪੰਜਾਬ ਸਰਕਾਰ ਇਹਦੇ 'ਤੇ ਚੁੱਪ ਕਿਉਂ ਹੈ? ਕਿਉਂ ਜਿਹੜੇ ਮਨਿਸਟਰ ਨੇ ਸਾਡੇ, ਅੱਜ ਕੱਲ੍ਹ ਬੈਂਸ ਸਾਹਿਬ, ਸਾਡੀ ਉਹਨਾਂ ਨਾਲ ਵੀ ਗੱਲ ਹੋਈ ਹੈ, ਬੈਂਸ ਸਾਹਿਬ ਨੂੰ ਕਿਹਾ ਵੀ ਬੈਂਸ ਸਾਹਿਬ ਇੱਕ ਰਿਪੋਰਟ ਕਿਉਂ ਨਹੀਂ ਬਾਹਰ ਲਿਆਂਦੀ ਜਾ ਰਹੀ ਹੈ? ਕੀ ਸਰਕਾਰ ਇਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਪ੍ਰਿੰਸੀਪਲਾਂ ਨੂੰ? ਸਾਡੇ ਮਨ 'ਚ ਸ਼ੰਕਾ, ਕਿਉਂਕਿ ਇਸੇ ਸਰਕਾਰ ਨੇ ਤਾਂ ਇਨਕੁਆਇਰੀ ਸ਼ੁਰੂ ਕੀਤੀ ਸੀਗੀ, ਅਤੇ ਇਹੀ ਸਰਕਾਰ ਹੁਣ ਇਨਕੁਆਇਰੀ ਦੀ ਰਿਪੋਰਟ ਬਾਹਰ ਨਹੀਂ ਲਿਆ ਰਹੀ ਹੈ। ਅਤੇ ਹੁਣ ਇਹਦੇ 'ਚ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ, ਇਹ ਕਿ ਸਾਰੇ ਕਾਲਜਾਂ 'ਚ ਹਾਲਾਤ ਇਸ ਤਰ੍ਹਾਂ ਦੇ ਨੇ ਜਾਂ ਕੁਝ ਕੁ ਚੁਣਿੰਦਾ ਨੇਗੇ ਵੀ? ਮਜੋਰਿਟੀ ਕਾਲਜਿਸ 'ਚ ਨੇ ਜੀ, ਮਜੋਰਿਟੀ ਸਰਕਾਰੀ ਨੇ ਇਹ, ਨਹੀਂ ਸਰਕਾਰੀ ਵੀ ਨੇ ਅਤੇ ਜਿਹੜੇ ਪ੍ਰਾਈਵੇਟ ਵੀ ਨੇ, ਕਿਉਂਕਿ ਜਿਹੜੇ ਪ੍ਰਾਈਵੇਟ ਕਾਲਜਿਸ ਨੇ ਉਹ ਵੀ NOC ਜਿਹੜਾ ਹੈਗਾ, ਨੋ ਓਬਜੈਕਸ਼ਨ ਸਰਟੀਫਿਕੇਟ ਜਿਹੜਾ, ਉਹ ਸਰਕਾਰ ਦਿੰਦੀ ਉਹਨਾਂ ਨੂੰ, ਔਰ ਉਹਨਾਂ ਕਾਲਜਾਂ ਨੂੰ UGC ਪੰਜਾਬ ਸਰਕਾਰ ਅਤੇ ਜਿਹੜੀ ਕੰਸਰਨਡ ਯੂਨੀਵਰਸਿਟੀ ਹੈ ਉਹਦੇ ਨਿਯਮਾਂ ਦੀ ਪਾਲਣਾ ਕਰਨੀ ਹੀ ਪੈਂਦੀ ਹੈ। ਤੀਜੀ ਗੱਲ ਅਸੀਂ ਇਹ ਕਹੀ ਹੈ ਕਿ ਜਿਹੜੇ ਅਨਏਡਿਡ ਪੋਸਟਾਂ 'ਤੇ ਟੀਚਰਸ ਕੰਮ ਕਰਦੇ ਨੇ, 1300-1400 ਬੰਦਾ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮੈਨੇਜਮੈਂਟਾਂ ਤਨਖਾਹਾਂ ਦਿੰਦੀਆਂ ਨੇ, ਅਸੀਂ ਕਿਹਾ ਜੀ ਅਸੀਂ ਇੱਕ ਪ੍ਰਪੋਜ਼ਲ ਆਲਰੇਡੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਕਿ ਪੰਜਾਬ ਦੇ ਕਾਲਜਾਂ 'ਚ 2000 ਏਡਿਡ ਪੋਸਟਾਂ ਖਾਲੀ ਪਈਆਂ, ਅਤੇ ਹਾਈ ਕੋਰਟ ਇਹ ਕਹਿੰਦੀ ਹੈ ਕਿ ਜਦੋਂ ਏਡਿਡ ਪੋਸਟ ਖਾਲੀ ਪਈ ਹੋਵੇ ਤਾਂ ਅਨਏਡਿਡ ਵਾਲਾ ਜਿਹੜਾ ਕਿ ਪ੍ਰੋਪਰ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਨਿਕਲ ਕੇ ਆਇਆ ਉਹਨੂੰ ਡਾਇਰੈਕਟਲੀ ਇੱਧਰ ਕਨਵਰਟ ਕੀਤਾ ਜਾ ਸਕਦਾ। ਅਸੀਂ ਕਿਹਾ ਜੀ ਪੰਜਾਬ ਸਰਕਾਰ ਆਲਰੇਡੀ ਸਾਡੇ ਕੋਲ ਕਾਗਜ਼ ਨੇ, 20-25 ਬੰਦਿਆਂ ਨੂੰ ਕਨਵਰਟ ਕਰ ਚੁੱਕੀ ਹੈ, ਅਤੇ ਇਹਨਾਂ ਸਾਰਿਆਂ ਨੂੰ ਵੀ ਕਨਵਰਟ ਕਰ ਦਿੱਤਾ ਜਾਣ। ਇਹ ਸਾਰੇ ਵੈੱਲ ਕੁਆਲੀਫਾਈਡ ਟੀਚਰਸ ਨੇ, ਅੱਧੇ ਤੋਂ ਵੱਧ PhD ਨੇ, ਇੰਨਾ ਇਹਨਾਂ ਦਾ ਰਿਸਰਚ ਦਾ ਵਰਕ ਹੈਗਾ, ਅਤੇ ਜੇ ਇਹ ਕਰ ਲਿਆ ਜਾਵੇ ਤਾਂ ਇਹਦੇ 'ਚ ਮੈਨੇਜਮੈਂਟਾਂ ਦਾ ਫਾਈਨੈਂਸ਼ੀਅਲ ਬਰਡਨ ਵੀ ਘੱਟ ਜਾਏਗਾ, ਪ੍ਰੋਫੈਸਰਾਂ ਨੂੰ ਵੀ ਰਾਹਤ ਮਿਲੇਗੀ, ਤਾਂ ਵਿਦਿਆਰਥੀਆਂ ਨੂੰ ਚੰਗੇ ਐਕਸਪੀਰੀਅੰਸਡ ਹੈਂਡ ਬੰਦੇ ਪੜ੍ਹਾਉਣ ਦੇ ਲਈ ਮਿਲ ਜਾਣਗੇ। ਲਾਸਟ ਅਸੀਂ ਜਿਹੜੀ ਗੱਲ ਗਵਰਨਰ ਸਾਹਿਬ ਨੂੰ ਕਹੀ ਕਿ ਗਵਰਨਰ ਸਾਹਿਬ ਤੁਸੀਂ ਪੰਜਾਬ ਦੀਆਂ 2 ਮੇਜਰ ਯੂਨੀਵਰਸਿਟੀਜ਼ ਦੇ ਚਾਂਸਲਰ ਵੀ ਹੋ, ਅਸੀਂ ਕਿਹਾ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਦੋਨਾਂ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ ਨੂੰ ਕਾਇੰਡਲੀ ਡਾਇਰੈਕਸ਼ਨ ਦਿੱਤੀ ਜਾਵੇ ਕਿ ਯੂਨੀਵਰਸਿਟੀ ਦੇ ਕੈਲੰਡਰ ਨੂੰ ਤਾਂ ਮੰਨਣ ਜਾਂ ਕਾਲਜਾਂ ਦੇ ਕੋਲੋਂ ਮਨਵਾਉਣ। ਯੂਨੀਵਰਸਿਟੀ ਦਾ ਕੈਲੰਡਰ, ਯੂਨੀਵਰਸਿਟੀ ਦਾ ਸੰਵਿਧਾਨ ਹੈ, ਉਹਦੇ ਵਿੱਚ ਲਿਖਿਆ ਹੋਇਆ ਕਿ ਆਹ ਪੇ ਸਕੇਲ ਟੀਚਰਸ ਨੂੰ ਦੇਣੇ ਆ, ਅਤੇ ਡਾਕਟਰ ਜਸਪਾਲ ਸਿੰਘ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆ, ਉਹ ਤਾਂ ਟੀਚਰਾਂ ਨੂੰ ਲਾਠੀ ਚਾਰਜ ਕਰਵਾ ਰਹੇ ਆ ਜਦੋਂ ਉਹਨਾਂ ਦੀ ਯੂਨੀਵਰਸਿਟੀ 'ਚ ਧਰਨਾ ਲਾਉਣ ਜਾਂਦੇ ਆ। ਸੋ ਅਸੀਂ ਉਹਨਾਂ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਅੱਜ ਕੱਲ੍ਹ KK ਯਾਦਵ ਐਡੀਸ਼ਨਲ ਉਹਨਾਂ ਨੂੰ ਚਾਰਜ ਮਿਲਿਆ ਹੋਇਆ VC ਦਾ। ਪਿੱਛੇ ਜੀ ਅਸੀਂ ਕਿਹਾ ਜੀ ਉਹਨਾਂ ਨੇ ਇੱਕ ਡਾਕਟਰ ਰਜਿੰਦਰ ਕੌਰ ਨਾਮ ਦੇ ਕੋਈ ਪ੍ਰਿੰਸੀਪਲ ਨੇ ਗਹਿਲ ਕਾਲਜ ਦੇ ਸੀਗੇ, ਉਹਨਾਂ ਦਾ ਰੱਦ ਕਰ ਦਿੱਤੀ ਅਪਰੂਵਲ ਐਜ਼ ਪ੍ਰਿੰਸੀਪਲ, ਕਿਉਂਕਿ ਉਹ UGC ਦੀਆਂ ਨਿਯਮਾਂ ਦੇ ਅਨੁਸਾਰ ਪ੍ਰਿੰਸੀਪਲ ਨਹੀਂ ਸੀ ਬਣੇ, ਐਸੋਸੀਏਟ ਪ੍ਰੋਫੈਸਰ ਨਹੀਂ ਸੀਗੇ। ਅਸੀਂ ਕਿਹਾ ਜੀ KK ਯਾਦਵ ਜੀ ਪਿੱਕ ਐਂਡ ਚੂਜ਼ ਦੀ ਪੋਲਿਸੀ ਕਿੱਦਾਂ ਅਡੋਪਟ ਕਰ ਸਕਦੇ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ, ਉੱਥੇ ਤਾਂ ਉਹਨਾਂ ਨੇ ਫੈਸਲਾ ਆ ਲੈ ਲਿਆ, ਅਤੇ ਜਿਹੜੇ ਆ ਇਨਐਲੀਜੀਬਲ ਪ੍ਰਿੰਸੀਪਲ ਉਹਨਾਂ ਦੇ ਕੋਲ ਆਲਰੇਡੀ 2 ਸਾਲ ਦੀ ਰਿਪੋਰਟ ਆਈ ਹੋਈ ਹੈ, ਉਹਦੇ 'ਤੇ KK ਯਾਦਵ ਜੀ ਐਕਸ਼ਨ ਕਿਉਂ ਨਹੀਂ ਲੈ ਰਹੇ ਜਲਦ ਤੋਂ ਜਲਦ? ਸੋ ਇਸ ਕਰਕੇ ਸਾਰੇ ਇਸ਼ੂ ਬੜੀ ਗੰਭੀਰਤਾ ਨਾਲ, ਔਰ ਚੰਗਾ ਹੀ ਲੱਗਿਆ
ਕਿ ਮਾਣਯੋਗ ਗਵਰਨਰ ਸਾਹਿਬ ਨੇ ਇਕੱਲੀ ਇਕੱਲੀ ਗੱਲ 'ਤੇ ਸਾਨੂੰ ਸਵਾਲ ਕੀਤੇ, ਸਾਡੇ ਕੋਲੋਂ ਕਲੈਰਿਟੀ ਲਈ ਕੀ ਚੀਜ਼ ਹੈ, ਇਕੱਲਾ ਇਕੱਲਾ ਕਾਗਜ਼ ਪੜਿਆ, ਅੱਧਾ ਘੰਟਾ 35 ਮਿੰਟ ਸਾਨੂੰ ਖੁੱਲ੍ਹਾ ਸਮਾਂ ਦਿੱਤਾ ਉਹਨਾਂ ਨੇ। ਔਰ ਉਹਨਾਂ ਨੇ ਲਾਸਟ 'ਚ ਕਿਹਾ ਕਿ ਮੈਂ ਅੱਜ ਹੀ ਇਹ ਸਾਰਾ ਕੁਝ ਆਪਣੇ ਸੈਕਟਰੀ ਸਾਹਿਬ ਨੂੰ ਭੇਜ ਦਿੰਦਾ ਔਰ ਉਸ ਤੋਂ ਬਾਅਦ ਤੁਹਾਨੂੰ ਇਹਦੇ 'ਤੇ ਅਸੀਂ ਗੱਲਬਾਤ ਕਰਾਂਗੇ। ਲੱਗਦਾ ਵੀ ਉਹ ਮਸਲੇ ਦਾ ਹੱਲ ਹੋ ਜੂਗਾ ਫਿਰ ਜਿਹੜੇ ਹਿਸਾਬ ਦੇ ਨਾਲ ਉਹ ਕਹਿੰਦੇ ਨੇ, ਅਤੇ ਇਹਦੇ 'ਚ ਦੇਖਿਆ ਜਾਵੇ ਫਾਈਨੈਂਸ਼ਲੀ ਕਿੰਨਾ ਕੁ ਬੋਝ ਪੈਂਦਾ ਜੇਕਰ ਤੁਹਾਡੇ ਵਾਲੀਆਂ ਸਾਰੀਆਂ ਗੱਲਾਂ ਮੰਨ ਲੈਂਦੇ ਨੇ, ਪ੍ਰੋਫੈਸਰਾਂ ਨੂੰ ਦੇ ਦਿੰਦੇ ਨੇ ਜਿਸ ਤਰ੍ਹਾਂ ਦੇ ਨਾਲ ਜੋ ਜੋ ਡਿਮਾਂਡਸ ਉਹ ਰੱਖ ਰਹੇ ਹੈ। ਜੀ ਦੇਖੋ ਫਾਈਨੈਂਸ਼ੀਅਲ ਆਮ ਤੌਰ 'ਤੇ ਫਾਈਨੈਂਸ਼ੀਅਲ 'ਤੇ ਪੰਗਾ ਅੜਦਾ ਹੁੰਦਾ ਵੀ ਜਦੋਂ ਪੈਸੇ ਨਹੀਂ ਹੈਗੇ ਦੂਜੇ ਪਾਸੇ ਫਿਰ ਤੇਰੇ ਕਹਿੰਦੇ ਆ ਵੀ ਜਿਵੇਂ ਚੱਲਦਾ ਸਿਸਟਮ ਚਲਾਓ। ਦੇਖੋ ਅਸੀਂ ਤਾਂ ਸਾਡੀ ਜਥੇਬੰਦੀ ਤਾਂ ਪੈਸਾ ਸਰਕਾਰ ਦਾ ਬਚਾ ਰਹੀ ਹੈ, ਜਿਹੜਾ ਅਸੀਂ ਅਯੋਗ ਪ੍ਰਿੰਸੀਪਲਾਂ 'ਤੇ ਪੈਸਾ ਖਰਚ ਕੀਤਾ ਜਾ ਰਿਹਾ ਉਹ ਅਸੀਂ ਕੰਟਰੋਲਰ ਐਂਡ ਆਡੀਟਰ ਜਨਰਲ ਨੂੰ ਵੀ ਸਾਰਾ ਕੇਸ ਭੇਜਿਆ। 18 ਕਰੋੜ ਤੋਂ ਵੱਧ ਦਾ ਰੁਪਈਆ ਰਿਕਵਰੀ ਪੈਣੀ ਹੈ, ਪੰਜਾਬ ਸਰਕਾਰ ਦੇ ਖਾਤੇ 'ਚ ਵਾਪਸ ਜਾਣਾ, 18 ਕਰੋੜ ਕਹਿ ਰਹੇ ਹਾਂ ਅਸੀਂ, ਠੀਕ ਹੈ। ਦੂਸਰਾ ਜਿਹੜਾ ਅਸੀਂ ਕਹਿ ਰਹੇ ਹਾਂ ਅਨਏਡਿਡ ਨੂੰ ਏਡਿਡ 'ਚ ਕਨਵਰਟ ਕਰਨ ਦੀ, ਉਹਦੇ 'ਚ ਆਲਰੇਡੀ ਏਡਿਡ ਪੋਸਟਾਂ ਖਾਲੀ ਪਈਆਂ, ਸਰਕਾਰ ਨੇ ਨਵੇਂ ਬੰਦੇ ਵੀ ਰੱਖ ਰਹੀ ਹੈ, ਪੁਰਾਣਿਆਂ ਨੂੰ ਕਨਵਰਟ ਕੀਤਾ ਜਾ ਸਕਦਾ, ਅਸੀਂ ਨਹੀਂ ਕਹਿ ਦੇ ਹਾਂ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਜੱਜਮੈਂਟਸ ਨੇ। ਪਰ ਇਹਦੇ 'ਚ ਜੇ ਦੇਖਿਆ ਜਾਵੇ ਫਿਰ ਸਰਕਾਰ ਨੇ ਉਹ ਕਰਿਆ ਕਿਉਂ ਨਹੀਂ ਜਦੋਂ ਇੰਨਾ ਕੁਛ ਹੋ ਸਕਦਾ, ਉਹਦੇ 'ਚ ਲਾਲਚ ਕੀ ਹੈ ਫਿਰ? ਚਲੋ ਇੱਦਾਂ ਕਿ ਸਰਕਾਰ ਨੇ ਸਾਡੇ ਕੋਲੋਂ ਸਾਰੇ ਪ੍ਰਪੋਜ਼ਲਸ ਮੰਗਾਈਆਂ, ਮੈਂ ਫਿਰ ਕਹਿ ਰਿਹਾ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਉਹਨਾਂ ਦੇ ਟਾਈਮ ਸਾਡੇ ਕੋਲ ਸਾਰੀਆਂ ਪ੍ਰਪੋਜ਼ਲਸ ਮੰਗਾਈਆਂ ਗਈਆਂ ਨੇ। ਹੁਣ ਅਸੀਂ ਬੈਂਸ ਸਾਹਿਬ ਕੋਲ ਵੀ ਬੜੀ ਦੇਰ ਦਾ ਸਮਾਂ ਲੈ ਰਹੇ ਮਿਲਣ ਦਾ, ਲੇਕਿਨ ਬੈਂਸ ਸਾਹਿਬ ਨਹੀਂ ਸਮਾਂ ਦੇ ਰਹੇ। ਫੋਨ 'ਤੇ ਕਈ ਵਾਰੀ ਮੇਰੀ ਪਰਸਨਲੀ ਉਹਨਾਂ ਨਾਲ ਗੱਲਬਾਤ ਹੋਈ ਹੈ ਬਟ ਉਹ ਸਮਾਂ ਨਹੀਂ ਦੇ ਰਹੇ ਮਿਲਣ ਦਾ। ਹੁਣ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ, ਇਹਨਾਂ ਪ੍ਰਿੰਸੀਪਲਾਂ ਨੂੰ ਲੈ ਕੇ ਕਿਉਂ ਨਹੀਂ ਬੈਂਸ ਸਾਹਿਬ ਕੁਛ ਵੀ ਕਰ ਰਹੇ ਆ। ਹਾਂ, ਹੁਣ ਸਾਨੂੰ ਇੱਕੋ ਉਮੀਦ ਬਚਦੀ ਹੈ, ਜਾਂ ਤਾਂ ਗਵਰਨਰ ਸਾਹਿਬ ਅਤੇ ਜਾਂ ਮੁੱਖ ਮੰਤਰੀ ਪੰਜਾਬ। ਹੁਣ ਅਗਲੀ ਅਸੀਂ ਮੀਟਿੰਗ ਜਿਹੜੀ ਉਹ ਲੈਣ ਜਾ ਰਹੇ ਹਾਂ ਸਾਡੇ ਮੁੱਖ ਮੰਤਰੀ ਪੰਜਾਬ ਤੋਂ, ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਆਪਣੇ ਹੀ DPI ਕਾਲਜਸ ਪੰਜਾਬ ਦੇ ਉੱਪਰ ਜਿਹੜੀ ਇੱਕ DDPI ਅਸ਼ਵਨੀ ਭੱਲਾ ਨੂੰ ਉੱਥੋਂ ਤਬਾਦਲਾ ਕਰਕੇ ਜੋ ਉਹਨਾਂ ਦੇ ਕੋਲ ਰਿਪੋਰਟਾਂ ਪਹੁੰਚੀਆਂ ਔਰ ਜੋ ਅਸੀਂ ਕੰਪਲੇਂਟਸ ਕੀਤੀਆਂ ਸੀਗੀਆਂ, ਜਿੱਡਾ ਵੱਡਾ ਐਕਸ਼ਨ ਲਿਆ ਉਹ ਤਾਰੀਫ ਦੇ ਕਾਬਲ ਹੈ। ਮੁੱਖ ਮੰਤਰੀ ਸਾਹਿਬ ਤੋਂ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਉਮੀਦ ਬਚਦੀ ਹੈ ਕਿ ਅਲਟੀਮੇਟਲੀ ਸਾਨੂੰ ਆਪਣੀਆਂ ਮੰਗਾਂ ਦੇ ਲਈ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪਏਗਾ। ਔਰ AUCT ਸਾਡੀ ਜਥੇਬੰਦੀ ਨੇ ਵੀ ਇਹ ਫੈਸਲਾ ਕੀਤਾ ਪਰਸੋਂ ਮੀਟਿੰਗ ਦੇ ਵਿੱਚ ਕਿ ਹੁਣ ਅਸੀਂ ਜਿੱਦਾਂ ਮਰਜ਼ੀ ਹੈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੀਏ, ਚਿੱਠੀਆਂ ਲਿਖੀਏ, ਅਸੀਂ ਉਹਨਾਂ ਤੋਂ ਟਾਈਮ ਲਈਏ, ਕਿਉਂਕਿ ਐਕਸ਼ਨ ਜੇ ਕੋਈ ਲੈ ਸਕਦਾ ਪੰਜਾਬ 'ਚ ਤਾਂ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੀ ਨੇ। ਚਲੋ ਖੈਰ, ਕਿਉਂਕਿ ਗਵਰਨਰ ਨੇ ਮਸਲਾ ਸਾਰਾ ਸੁਣਿਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਰਿਪੋਰਟ ਉਹ ਜ਼ਰੂਰ ਸੂਬੇ ਤੋਂ ਲੈਣਗੇ ਅਤੇ ਉਹ 'ਚ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਹ ਹੋਣਗੀਆਂ। ਪਰ ਗੱਲ ਇਹ ਆ ਗਿਆ ਵੀ ਜਦੋਂ ਇਹ ਚੀਜ਼ਾਂ ਹੁਣ ਦਰੁਸਤ ਕਰਨ ਦੀ ਜਿਹੜੀ ਗੱਲ ਆ ਰਹੀ ਆ ਕਿ ਜਦੋਂ ਜੁਆਇਨਿੰਗਾਂ ਜਾਂ ਕਹੀਏ ਕਿ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ, ਆਖਰ ਜੇ ਉਹ ਪਹਿਲਾਂ ਹੀ ਕ੍ਰਾਈਟੇਰੀਆ ਫੋਲੋ ਕਰਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ, ਜਿਹੜਾ ਕਿ ਹੁਣ ਗਵਰਨਰ ਆਪਦੇ ਤੌਰ 'ਤੇ ਦੇਖਣਗੇ। ਮਸਲਾ ਹੱਲ ਨਹੀਂ ਹੁੰਦਾ, ਯੂਨੀਅਨ ਕਹਿੰਦੀ ਅਸੀਂ ਆਪਦੇ ਤੌਰ 'ਤੇ ਹੁਣ ਮੁੱਖ ਮੰਤਰੀ ਨੂੰ ਵੀ ਫਿਰ ਮਿਲਾਂਗੇ। ਸੀਨੀਅਰ ਵੀਡੀਓ ਨਿਸਟ ਬਿੰਤੇ ਦੇ ਨਾਲ ਸੁਖ ਸਿੰਘ, ਰੋਜ਼ਾਨਾ ਸੁਖ 20 ਚੰਡੀਗੜ੍ਹ।